ਸਿੱਧੇ ਹੋ ਕੇ ਜਿਵੇਂ ਉਹਨਾਂ ਨਾਲ ਗੱਲ ਕੀਤੀ ਆ, ਤਿੰਨ ਮੰਤਰੀ ਆਏ ਆ, ਪਰ ਗੱਲਾਂ ਨਾਲ ਵੀ ਮੈਂ ਕਹਿਣਾ ਚਾਹੁੰਦਾ, ਗੱਲਾਂ ਨਾਲ ਇਹਨਾਂ ਨਾਲ ਬਿਲਕੁਲ ਟੇਬਲ ਟਾਕ ਤੇ ਉਦੋਂ ਜਾਓ ਜਦੋਂ ਇਹ ਕਹਿਣਗੇ ਵੀ ਤੁਹਾਡੀ ਆ ਗੱਲ ਮੰਨਦੇ ਹੋ, ਆਜੋ। ਬਿਲਕੁਲ ਇਹ ਬੇਵਕੂਫ ਬਣਾਉਂਦੇ ਆ, ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਤਾਂ ਇਹੀ ਪਿਊਸ਼ ਗੋਇਲ ਆ ਜਿਹੜਾ ਬਹਿਣਾ ਹੁੰਦਾ ਸੀ ਪਹਿਲਾਂ ਮੀਟਿੰਗਾਂ 'ਚ, ਇਹੀ ਮੰਤਰੀ ਸੀ, ਚਲੋ ਅੱਜ ਬਦਲ ਗਿਆ ਕ੍ਰਿਸ਼ੀ ਮੰਤਰੀ, ਪਰ ਉਹ ਦੁਬਾਰਾ ਤੋਂ ਤੁਸੀਂ ਪੁੱਛਣ ਲੱਗ ਗਏ ਵੀ ਕੀ ਆ ਜੀ, ਕਿਵੇਂ ਸਮਝੀਏ ਹੁਣ ਅਸੀਂ ਸਾਰਾ ਕੁਛ ਇਹ। ਪਰ ਗੱਲਾਂ ਗਲਤ ਨੇ, ਕਿਸਾਨਾਂ ਨੂੰ ਵੀ ਮੈਂ ਕੋਈ ਸਲਾਹ ਦੇਣ ਵਾਲਾ ਨਹੀਂ ਗਾ, ਪਰ ਜਿੰਨਾ ਚਿਰ ਇਹ ਕੋਈ ਅਨਾਊਂਸਮੈਂਟ ਨਹੀਂ ਕਰਦੇ, ਇਹਨਾਂ ਕੋਲ ਕੋਈ ਕਮੀ ਨਹੀਂ। ਇਸ ਵਾਰ ਵੀ ਹਜੇ ਵੀ 77,000 ਕਰੋੜ, 1,00,000 ਕਰੋੜ ਦੇ, 1,00,000 ਕਰੋੜ ਦੇ ਨੇੜੇ ਇੱਕ ਇਹਨਾਂ ਨੇ ਪੈਸਾ ਹੈ ਜਿਹੜਾ ਜਦੋਂ ਇੰਟਰਮ ਬਜਟ ਹੋਇਆ ਹੈ ਉਹਦੇ ਵਿੱਚ ਇਹਨਾਂ ਨੇ ਪੈਸਾ ਅਲੱਗ ਰੱਖਿਆ ਹੈ। ਉਹ ਕਿਸ ਲਈ ਰੱਖਿਆ ਇਹ 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 ਰੱਬ ਜਾਣਦਾ ਜਾਂ ਇਹ ਜਾਣਦੇ ਆ, ਪਰ ਉਹ ਪੈਸਾ ਹੈ ਜਿਹੜਾ ਉਹ ਜ਼ਰੂਰ ਰੱਖਿਆ ਗਿਆ ਹੈ। ਇਹ ਜ਼ੋਰ ਦੇਣ ਦੀ ਲੋੜ ਆ, ਪ੍ਰੈਸ਼ਰ ਪਾਉਣ ਦੀ ਲੋੜ ਆ ਇਹਨਾਂ 'ਤੇ ਵੀ ਭਾਈ ਕਿਸਾਨ ਦੀ ਡਬਲ ਇਨਕਮ ਕਰੋ, MSP ਦਿਓ ਅਤੇ ਕਰਕੇ ਆਉਣਗੇ। ਜੇ ਤੁਸੀਂ ਪਹਿਲਾਂ ਮੀਟਿੰਗਾਂ ਕਰਦੇ ਰਹੋਗੇ, ਕਿਹੜੀ ਮੀਟਿੰਗ 'ਚ ਇਹਨਾਂ ਨੂੰ ਸਮਝਾਉਣਾ ਜੀ, ਹੁਣ ਕਿਹੜੀ ਗੱਲ ਜਿਹੜੀ ਆ ਜਿਹੜੀ ਨਹੀਂ ਪਤਾ? ਇੱਕ ਇੱਕ ਬੱਚੇ ਨੂੰ ਵੀ ਪਤਾ ਵੀ ਕੀ ਡਿਮਾਂਡ ਆ, ਅਤੇ ਦੁਬਾਰਾ ਦੁਬਾਰਾ ਮੀਟਿੰਗਾਂ ਕਰਨ ਨਾਲ ਮੈਂ ਕਹਿੰਦਾ ਕੋਈ ਫਾਇਦਾ ਨਹੀਂ। ਉਦਣ ਮੀਟਿੰਗ ਰੱਖੋ ਜਿੱਦਣ ਇਹ ਤੁਹਾਡੇ ਲਈ ਹੱਲ ਲੈ ਕੇ ਆਉਂਦਾ, ਜਿੱਦਣ ਤੁਹਾਡਾ ਜਵਾਬ ਦਿੰਦੇ ਆ। ਉਹ ਕੀ ਰੋਜ਼ ਆਪਾਂ ਇਹਨਾਂ ਨੂੰ ਫਿਰ ਉਹ ਟਾਈਮ ਪਾਸ ਕਰਦੇ ਹਾਂ, ਅਤੇ ਪਰ ਜਿੰਨੇ ਬੈਰੀਗੇਟ ਲਾਇਆ ਪਿੰਡ ਦੇ ਇਕੱਲਾ ਇਕੱਲਾ ਲੋਕ ਤਿਆਰ ਬੈਠਾ ਹੈ, ਜਿੰਨਾ ਤੁਸੀਂ ਇਹੋ ਜਿਹਾ ਚੜਾਓਗੇ ਓਨਾ ਹੀ ਜਵਾਬ ਮੂੰਹ ਤੋੜ ਤੁਹਾਨੂੰ ਪੰਜਾਬੀ ਅਤੇ ਹਰਿਆਣੇ ਵਾਲਾ ਦਊਗਾ। ਹੋਰ ਸੁਣ ਲਓ, ਹਰਿਆਣੇ 'ਚ ਇਹ ਅਨਾਊਂਸ ਕਰਤਾ, ਗੱਡੀਆਂ ਅਨਾਊਂਸ ਕਰ ਰਹੀਆਂ ਵੀ ਜੇ ਹਰਿਆਣੇ ਦਾ ਕੋਈ ਸਾਥ ਦਊਗਾ ਉਹਦੀ ਜ਼ਮੀਨ ਕੁਰਕ ਕਰ ਦਾਂਗੇ। ਉਹਨਾਂ ਦੀਆਂ ਕਿਉਂਕਿ ਲੀਡਰ ਨੇ ਜਿਹੜੇ ਜਾਂ ਵੱਡੇ ਉਹ ਚਲੇ ਗਏ, ਉਹਨਾਂ ਦੀਆਂ ਘਰੇ ਔਰਤਾਂ ਨੂੰ ਤੰਗ ਕੀਤਾ ਜਾ ਰਿਹਾ ਹੈ, ਉਹਨਾਂ ਨੂੰ ਕਿਹਾ ਵੀ ਤੁਹਾਡੇ ਅਸੀਂ ਜ਼ਮੀਨ ਤੁਹਾਡੇ ਘਰਾਂ 'ਚੋਂ ਤੁਹਾਨੂੰ ਬਾਹਰ ਕੱਢ ਦਾਂਗੇ। ਇਹ ਖੱਟਰ ਆ, ਖੱਟਰ ਤਾਂ ਮੈਂ ਸਮਝਦਾ ਬਿਲਕੁਲ ਹੀ ਕਠਪੁਤਲੀ ਬਣਿਆ। ਉਹਨਾਂ ਨੇ ਕਿਹਾ ਜਾਂ ਨਹੀਂ, ਇਹ ਪਹਿਲਾਂ ਉਹਨਾਂ ਨੂੰ ਵੱਧ ਕਰ ਦਿਖਾਉਂਦਾ ਵੀ ਮੋਦੀ ਜੀ ਆਹ ਦੇਖੋ ਮੈਂ ਇਹ ਕੋਈ ਇਜ਼ਰਾਈਲ ਅਤੇ ਗਾਜ਼ਾ ਦੀ ਲੜਾਈ ਚੱਲ ਰਹੀ ਹੈ? ਤੂੰ ਇਜ਼ਰਾਈਲ ਅਤੇ ਗਾਜ਼ਾ ਨਾਲੋਂ ਜ਼ਿਆਦਾ ਮਾਹੌਲ ਉਰੇ ਪੰਜਾਬ ਅਤੇ ਦੇਸ਼ ਦਾ ਜਿਹੜਾ ਹੈ ਉਦੋਂ ਤਣਾਅਪੂਰਨ ਮਾਹੌਲ ਆ ਇਸ ਵੇਲੇ।